ਸਤਿ ਸ੍ਰੀ ਅਕਾਲ ਦੋਸਤੋ, ਕਬੱਡੀ ਦੀ ਅਪਡੇਟ ਅਤੇ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਕਬੱਡੀ ਲਾਈਵ ਅਪਡੇਟ। ਨੋਟ ਕਰੋ ਦੋਸਤੋ, ਅੱਜ ਹੋਣ ਵਾਲੇ ਕਬੱਡੀ ਕੱਪ, ਪਹਿਲਾ ਕਬੱਡੀ ਕੱਪ ਹੋਣ ਜਾ ਰਿਹਾ ਜੀ ਪਿੰਡ ਅਬਲੋਵਾਲ ਜ਼ਿਲ੍ਹਾ ਪਟਿਆਲਾ ਵਿਖੇ, ਜਿੱਥੇ ਫਸਟ ਪ੍ਰਾਈਜ਼ ਹੋਊਗਾ 31,000 ਅਤੇ ਸੈਕਿੰਡ ਪ੍ਰਾਈਜ਼ ਹੋਊਗਾ 21,000 ਰੁਪਇਆ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਕੱਪ ਦਿੱਤੇ ਜਾਣਗੇ ਜੀ। ਗੱਲ ਕਰਦੇ ਹਾਂ ਜੀ ਦੂਜੇ ਹੋਣ ਵਾਲੇ ਕਬੱਡੀ ਕੱਪ ਦੀ। ਦੂਜਾ ਕੱਪ ਹੋਣ ਜਾ ਰਿਹਾ ਜੀ ਪਿੰਡ ਡੱਗੋ ਰਮਾਣਾ ਵਿਖੇ, ਜ਼ਿਲ੍ਹਾ ਫਰੀਦਕੋਟ ਵਿਖੇ, ਜਿੱਥੇ ਆਲ ਓਪਨ ਦੇ ਮੈਚ ਹੋਣਗੇ ਅਤੇ 4 ਖਿਡਾਰੀ ਬਾਹਰੋਂ ਖੇਡ ਸਕਦੇ ਹਨ ਅਤੇ 8 ਟੀਮਾਂ ਦੇ ਮੈਚ ਹੋਣਗੇ ਜੀ, ਜਿੱਥੇ ਜੱਗਾ ਜੰਡੀਆਂ ਕੋਚ ਦਾ, ਕਬੱਡੀ ਕੋਚ ਦਾ ਸਕੋਰਪੀਓ ਗੱਡੀ ਨਾਲ ਸਨਮਾਨ ਕੀਤਾ ਜਾਊਗਾ ਜੀ। ਅਤੇ ਅਗਲਾ ਮੈਚ ਹੋਣ ਜਾ ਰਿਹਾ ਜੀ ਪਿੰਡ ਬਪੌੜੀ ਜ਼ਿਲ੍ਹਾ ਪਾਣੀਪਤ ਵਿਖੇ, ਜਿੱਥੇ ਫਸਟ ਨੂੰ 21,000 ਅਤੇ ਸੈਕਿੰਡ ਨੂੰ 15,000 ਰੁਪਏ ਇਨਾਮ ਹੋਊਗਾ ਜੀ। ਇਦੂ ਬਾਅਦ ਮੈਚ ਹੋਣ ਜਾ ਰਿਹਾ ਜੀ ਪਿੰਡ ਜਗਤਪੁਰ ਜੋਗੋਂ ਵਿਖੇ, ਜਿੱਥੇ ਕਬੱਡੀ 40-65 ਅਤੇ ਓਪਨ ਦੇ ਮੁਕਾਬਲੇ ਹੋਣਗੇ ਅਤੇ ਓਪਨ ਨੂੰ 21,000 ਅਤੇ ਸੈਕਿੰਡ ਨੂੰ 15,000 ਰੁਪਏ ਇਨਾਮ ਹੋਊਗਾ। ਦੋਸਤੋ, ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਅਤੇ ਕਬੱਡੀ ਦੀ ਹੋਰ ਜਾਣਕਾਰੀ ਲਈ ਸਾਡਾ ਚੈਨਲ ਕਬੱਡੀ ਲਾਈਵ ਅਪਡੇਟ ਜ਼ਰੂਰ ਸਬਸਕ੍ਰਾਈਬ ਕਰੋ ਜੀ। ਧੰਨਵਾਦ।